ਕੈਨੇਡਾ ਦੇ ਵਿੱਚ ਬਿਲਕੁਲ ਸਕੂਪ ਨਹੀਂ ਬਚਿਆ ਇਹ ਸੋਸ਼ਲ ਮੀਡੀਆ ਭਰਿਆ ਹੋਇਆ ਹੈ ਕੈਨੇਡਾ ਦੇ ਬਾਰੇ ਚੰਗੀਆਂ ਗੱਲਾਂ ਤੇ ਮਾੜੀਆਂ ਗੱਲਾਂ ਬਾਰੇ ਜੌਬਸ ਬੱਚਿਆਂ ਨੂੰ ਨਹੀਂ ਮਿਲ ਰਹੀਆਂ ਔਰ 2023 ਦੇ ਵਿੱਚ ਸਪਟੈਂਬਰ ਦੇ ਵਿੱਚ ਜਿਹੜੇ ਬੱਚੇ ਆਏ ਉਹ ਹੁਣ ਤੱਕ 6-7 ਮਹੀਨੇ ਬਾਅਦ ਵੀ ਕਈ ਸਟਰਗਲ ਕਰ ਰਹੇ ਹੈ ਕਿ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਸੋ ਬ੍ਰੈਮਟਨ ਦੇ ਵੀ ਲੋਕਾਂ ਦੀ ਜਦੋਂ ਗੱਲ ਕਰੀਏ ਜਾਂ ਮਿਸਿਸਾਗਾ ਤਾਂ ਸੁਣਦੇ ਆ ਕਿ ਪਿਛਲੇ 10 ਸਾਲ ਦੇ ਵਿੱਚ ਬਹੁਤ ਬਦਲਿਆ ਹੈ 10 ਸਾਲ ਤੋਂ ਪਹਿਲਾਂ ਇਹ ਵੀ ਇਸ ਤਰ੍ਹਾਂ ਦੇ ਖਾਲੀ ਇਲਾਕਿਆਂ ਦੇ ਵਿੱਚੋਂ ਹੀ ਇੱਕ ਸੀਗਾ ਪਰ ਉਹ ਬਹੁਤ ਜਲਦੀ ਕਿਸੇ ਤੇ ਪਰੋ ਨਾ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵਧੀਆ ਹੋਏਗਾ ਪਰ ਥੋੜਾ ਟਾਈਮ ਲੱਗੇਗਾ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸੈਚਰੀ ਗਾਲ ਸੋ ਅੱਜ ਦੀ ਵੀਡੀਓ ਦੇ ਵਿੱਚ ਕੈਨੇਡਾ ਦੇ ਕੁਝ ਪੁਆਇੰਟਸ ਦੀ ਗੱਲ ਕਰਾਂਗੇ ਕਿ ਜੋ ਹੁਣ ਹਾਲ ਹੈ ਜੋ ਸੋਨਰ ਨੂੰ ਮਿਲਦਾ ਹੈ ਕਿ ਹੁਣ ਕੈਨੇਡਾ ਦੇ ਵਿੱਚ ਬਿਲਕੁਲ ਸਕੋਪ ਨਹੀਂ ਬਚਿਆ ਸੋ ਉਹਦੇ ਚ ਕਿੰਨੀ ਗਸਲੀਅਤ ਹੈ ਕਿ ਉਹਦੇ ਪਿੱਛੇ ਫੈਕਟਸ ਨੇ ਕਿਉਂ ਲੋਕ ਇਸ ਤਰ੍ਹਾਂ ਸੋਚਦੇ ਆ ਤੇ ਹਾਲੇ ਵੀ ਕਿਹੜੇ ਸਕੋਪ ਨੇ ਜਿਹੜੇ ਬਚੇ ਆ ਸੋ ਇਸ ਵੀਡੀਓ ਦੇ ਵਿੱਚ ਉਹਨਾਂ ਗੱਲਾਂ ਬਾਰੇ ਗੱਲ ਕਰਾਂਗੇ ਸ਼ੁਰੂਆਤ ਦੇ ਵਿੱਚ ਮੈਂ ਦੱਸ ਦਿਆਂ ਕਿ ਆਈ ऍम ਅ ਜਰਨਲਿਸਟ ਸੋ ਬੈਕ ਹੋਮ ਇੰਡੀਆ ਦੇ ਵਿੱਚ ਵੀ ਮੈਂ ਫਿਲਮ ਇੰਡਸਟਰੀ ਦੇ ਨਾਲ ਜੁੜੀਆਂ ਫਿਲਮ ਕ੍ਰਿਟਿਕ ਤੇ ਫਿਲਮ ਇੰਟਰਵਿਊ ਸੈਲਬ੍ਰਿਟੀ ਇੰਟਰਵਿਊਸ ਦੇ ਨਾਲ ਜੁੜੀ ਹੋਈ ਸੀ ਸੋ ਉਸ ਤੋਂ ਬਾਅਦ ਕੈਨੇਡਾ ਔਨ ਦਾ ਡਿਸੀਜਨ ਲਿਆ ਸੋ ਕੁਝ ਅੱਗੇ ਵਧ ਕੇ ਇਸ ਚੈਨਲ ਤੇ ਆਪਣੀ ਸਟਰਗਲ ਆਪਣੀ ਸਕਸੈਸ ਦੇ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਦੀ ਵੀਡੀਓ ਖਾਸ ਕੈਨੇਡਾ ਦੇ ਉੱਤੇ ਸੋ ਆਪਣੇ ਬਾਰੇ ਦੱਸਣ ਦਾ ਮਕਸਦ ਇਹ ਸੀਗਾ ਕਿਉਂਕਿ ਲੋਕ ਜਦੋਂ ਕਿਸੇ ਵੀ ਸੋਸ਼ਲ ਮੀਡੀਆ ਤੇ ਕਿਸੇ ਦਾ ਕੰਟੈਂਟ ਜਾਂ ਕਿਸੇ ਨੂੰ ਫੋਲੋ ਕਰਦੇ ਆ ਤਾਂ ਉਹਦੀ ਗੱਲ ਨੂੰ ਬਹੁਤ ਅਹਿਮੀਅਤ ਦਿੰਦੀ ਹੈ ਇਸ ਲਈ ਸ਼ਾਇਦ ਸਾਰੇ ਕਨਫਿਊਜ਼ ਵੀ ਰਹਿੰਦੇ ਆ ਕਿ ਕੈਨੇਡਾ ਦੀ ਕੋਈ ਚੰਗੀ ਗੱਲ ਮੰਨੀ ਹੈ ਜਾਂ ਮਾੜੀ ਸੋ ਮੇਰੇ ਓਪੀਨੀਅਨ ਦੇ ਵਿੱਚ ਸਿਰਫ ਇੰਨਾ ਹੀ ਕਿ ਹਰ ਇੱਕ ਦੀ ਇੰਡੀਵਿਜੂਅਲ ਦੀ ਗੱਲਾਂ ਅਲੱਗ ਹੁੰਦੀਆਂ ਹਨ ਹਰ ਇੰਡੀਵਿਜੂਅਲ ਦਾ ਐਕਸਪੀਰੀਅੰਸ ਅਲੱਗ ਹੁੰਦਾ ਹੈ ਕਿਸੇ ਦੀ ਵੀ ਗੱਲ ਸੁਣ ਕੇ ਉਹਨੂੰ ਡੈਫੀਨਿਟ ਨਾ ਬਣਾਇਆ ਕਰੋ ਉਹਨੂੰ ਸਿਰਫ ਇੱਕ ਰੈਫਰੈਂਸ ਲੈ ਕੇ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਲਈ ਤੁਸੀਂ ਕੀ ਡਿਸਾਈਡ ਕਰਦੇ ਹੋ ਚੰਗਾ ਜਾਂ ਮਾੜਾ ਸੋ ਰੈਫਰੈਂਸਸ ਲੈਣ ਦੇ ਵਿੱਚ ਕੋਈ ਬੁਰਾਈ ਨਹੀਂ ਹੁੰਦੀ ਸੋਸ਼ਲ ਮੀਡੀਆ ਭਰਿਆ ਹੋਇਆ ਹੈ ਕੈਨੇਡਾ ਦੇ ਬਾਰੇ ਚੰਗੀਆਂ ਗੱਲਾਂ ਤੇ ਮਾੜੀਆਂ ਗੱਲਾਂ ਬਾਰੇ ਪਰ ਸਿਰਫ ਉਹਦੇ ਵਿੱਚ ਉਹਦੇ ਰੈਫਰੈਂਸ ਲੈ ਕੇ ਡਿਸੀਜਨ ਫੇਰ ਆਪਣੀ ਸਿਚੁਏਸ਼ਨ ਦੇ ਅਕੋਰਡਿੰਗ ਬਣਾਇਆ ਕਰੋ ਹੋਰ ਕਿਸੇ ਵੀ ਚੀਜ਼ ਨੂੰ ਡੈਫੀਨੇਟ ਨਹੀਂ ਲਈਦਾ ਸੋ ਹੁਣ ਗੱਲ ਕਰਦੇ ਆ ਕੈਨੇਡਾ ਦੇ ਵਿੱਚ ਸਕੋਪ ਹੈ ਕਿ ਨਹੀਂ ਆ ਪਹਿਲਾਂ ਤਾਂ ਕਿ ਜੀਟੀਏ ਦੇ ਏਰੀਆ ਦੇ ਵਿੱਚ ਰਸ਼ ਨਾ ਜ਼ਿਆਦਾ ਪੈ ਗਿਆ ਜਿਦੇ ਕਰਕੇ ਬਹੁਤ ਪ੍ਰੋਬਲਮਸ ਸਾਹਮਣੇ ਆਈਆਂ ਹਾਊਸਿੰਗ ਪ੍ਰਾਈਸਿਸ ਦੇਖਣ ਨੂੰ ਮਿਲੇ ਜੌਬਸ ਬੱਚਿਆਂ ਨੂੰ ਨਹੀਂ ਮਿਲ ਰਹੀਆਂ ਔਰ 2023 ਦੇ ਵਿੱਚ ਸਪਟੰਬਰ ਦੇ ਵਿੱਚ ਜਿਹੜੇ ਬੱਚੇ ਆਏ ਉਹ ਹੁਣ ਤੱਕ 6-7 ਮਹੀਨੇ ਬਾਅਦ ਵੀ ਕਈ ਸਟਰਗਲ ਕਰ ਰਹੇ ਆ ਕਿ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਸੋ ਦਾ ਮੇਨ ਕਾਰਨ ਸੀਗਾ ਕਿ ਜੀਟੀਏ ਦੇ ਵਿੱਚ ਰਸ਼ ਬਹੁਤ ਪੈ ਗਿਆ ਲੋਕ ਬ੍ਰੈਮਟਨ ਮਿਸਿਸਾਗਾ ਟੋਰਾਂਟੋ ਦੇ ਏਰੀਆਜ਼ ਨੂੰ ਹੀ ਜ਼ਿਆਦਾ ਪ੍ਰਿਫਰ ਕਰਦੇ ਆ ਸੋ ਉਹਦੇ ਵਿੱਚ ਗਵਰਨਮੈਂਟ ਨੇ ਬਹੁਤ ਵੱਡਾ ਡਿਸਿਜਨ ਲਿਆ ਕਿ ਹੁਣ ਜਿਹੜੇ ਇੱਥੇ ਕਾਲਜੇਸ ਦੇ ਵਿੱਚ ਬੱਚੇ ਪੜ੍ਹਨਗੇ ਜਿਹੜੇ ਕਿ ਮੇਨ ਕਾਲਜੇਸ ਨਹੀਂ ਹੈਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਬਟ 에ਦਾ ਇਫੈਕਟ ਇੱਕ ਅਨਾਉਂਸਮੈਂਟ ਦੇ ਨਾਲ ਨਹੀਂ ਹੁੰਦਾ 에ਦਾ ਇਫੈਕਟ ਸਪਟੈਂਬਰ 2024 ਚ ਦੇਖਣ ਨੂੰ ਮਿਲੇਗਾ ਕਿਉਂਕਿ ਹਰ ਡਿਸਿਜਨ ਦੇ ਜਿਹੜੇ ਇੰਪੈਕਟ ਹੁੰਦੇ ਆ ਉਹ ਸਲੂਲੀ ਕਿਸੇ ਕੰਟਰੀ ਦੇ ਵਿੱਚ ਦੇਖਣ ਨੂੰ ਮਿਲਦੇ ਆ ਸੋ ਇਦਾਂ ਜੇ ਕੋਈ ਅਨਾਉਂਸਮੈਂਟ ਸਾਹਮਣੇ ਆਏ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਰਾਈਟ ਅਵੇ ਹੁਣ ਹਾਲਾਤ ਸੁਧਰ ਜਾਣਗੇ ਇਹਦਾ ਸਿਰਫ ਇਹ ਇੰਡੀਕੇਸ਼ਨ ਹੈ ਕਿ ਗਵਰਨਮੈਂਟ ਨੂੰ ਹੁਣ ਪ੍ਰੋਬਲਮਸ ਦੇ ਬਾਰੇ ਪਤਾ ਹੈ ਐਂਡ ਔਰ ਲੋਕ ਵਧੀਆ ਕੈਨੇਡਾ ਨੂੰ ਵੀ ਦੇਖ ਸਕਣ ਸੋ ਸਪਟੈਂਬਰ 2024 ਤੋਂ ਬਾਅਦ ਬੈਟਰ ਹੋਣ ਦੀ ਉਮੀਦ ਹੈ ਕਿਉਂਕਿ ਜਦੋਂ ਛੋਟੇ ਇਲਾਕੇ ਭਰਨਗੇ ਜਿੱਥੇ ਐਕਚੁਅਲ ਵੱਡੇ ਕੈਂਪਸਸ ਕਾਲਜ ਦੇ ਬਿਲੋਂਗ ਕਰਦੇ ਆ ਜਿੱਥੋਂ ਦਾ ਕਾਲਜ ਹੈ ਸੋ ਉੱਥੇ ਜਦੋਂ ਬੱਚਾ ਪੜ੍ਹੇਗਾ ਸਪੋਜ਼ ਕਰੋ 1-2 ਸਾਲ ਦੀ ਪੜ੍ਹਾਈ ਹੈ ਉਸ ਤੋਂ ਬਾਅਦ ਉਹਨੂੰ ਉੱਥੇ ਵਰਕ ਪਰਮਿਟ ਮਿਲਦਾ ਹੈ ਉੱਥੇ ਉਹ ਬੱਚਾ ਕੰਮ ਕਰਦਾ ਸੋ 3-4 ਸਾਲ ਜਦੋਂ ਤੁਸੀਂ ਕਿਸੇ ਜਗ੍ਹਾ ਨੂੰ ਦੇ ਦਿੰਦੇ ਹੋ ਤਾਂ ਤੁਸੀਂ ਉੱਥੇ ਸੈਟਲ ਹੋ ਜਾਂਦੇ ਹੋ ਫਿਰ ਉਸ ਤੋਂ ਬਾਅਦ ਉਹ ਇਲਾਕੇ ਵੀ ਵੱਧਣੇ ਫੁੱਲਣੇ ਸ਼ੁਰੂ ਹੋਣਗੇ ਸੋ ਬ੍ਰੈਮਟਨ ਦੇ ਵੀ ਲੋਕਾਂ ਦੀ ਜਦੋਂ ਗੱਲ ਕਰੀਏ ਜਾਂ ਮਿਸਿਸਾਗਾ ਤਾਂ ਸੁਣਦੇ ਆ ਕਿ ਪਿਛਲੇ 10 ਸਾਲ ਦੇ ਵਿੱਚ ਬਹੁਤ ਬਦਲੇ ਆ 10 ਸਾਲ ਤੋਂ ਪਹਿਲਾਂ ਇਹ ਵੀ ਇਸ ਤਰ੍ਹਾਂ ਦੇ ਖਾਲੀ ਇਲਾਕਿਆਂ ਦੇ ਵਿੱਚੋਂ ਹੀ ਇੱਕ ਸੀਗਾ ਸੋ ਇੱਥੇ ਕੋਰਸੇਸ ਦਾ ਪ੍ਰਮੋਟ ਹੋਣਾ ਬੱਚਿਆਂ ਦਾ ਆਣਾ ਫਿਰ ਉਹਨਾਂ ਦੀ ਸਟਰਗਲ ਤੋਂ ਬਾਅਦ ਉਹਨਾਂ ਦਾ ਸੈਟਲ ਹੋਣਾ ਬ੍ਰੈਂਪਟਨ ਮਿਸੀ ਸਾਗਾ ਨੂੰ ਟ੍ਰੋਟੋ ਨੂੰ ਇਸ ਤਰ੍ਹਾਂ ਅੱਗੇ ਲੈ ਕੇ ਗਿਆ ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੂਸਰੇ ਇਲਾਕੇ ਦੇ ਵਿੱਚ ਜਾ ਰਹੇ ਹੋ ਤਾਂ ਉੱਥੇ ਸਕੋਪ ਨਹੀਂ ਹੋਣਗੇ ਸਕੋਪ ਹੋਣਗੇ ਬਟ ਤੁਹਾਨੂੰ ਪੇਸ਼ੈਂਸ ਦੇ ਨਾਲ ਕੰਮ ਕਰਨਾ ਪੈਣਾ ਹੈ ਤਿੰਨ ਚਾਰ ਸਾਲ ਜਦੋਂ ਤੁਸੀਂ ਕਿਸੇ ਜਗ੍ਹਾ ਨੂੰ ਦੇ ਦਿੰਦੇ ਹੋ ਉਸ ਤੋਂ ਬਾਅਦ ਤੁਹਾਨੂੰ ਸਕੋਪ ਨਜ਼ਰ ਆਉਂਦੇ ਹੈ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਜਦੋਂ ਤੁਸੀਂ ਕੈਨੇਡਾ ਆਉਂਦੇ ਹੋ ਹਰ ਬੰਦੇ ਨੂੰ ਲੱਗਦਾ ਹੈ ਕਿ ਬਹੁਤ ਜਲਦੀ ਸਾਰਾ ਕੁਝ ਹੋ ਜਾਏ ਸੋਸ਼ਲ ਮੀਡੀਆ ਤੇ ਵੀ ਅਸੀਂ ਜਦੋਂ ਲੋਕਾਂ ਨੂੰ ਦੇਖਦੇ ਆ ਜਾਂ ਗੱਲਾਂ ਸੁਣਦੇ ਆ ਸਾਨੂੰ ਇਹ ਲੱਗਦਾ ਹੈ ਕਿ ਬਹੁਤ ਕੁਇਕ ਪ੍ਰੋਸੈਸ ਹੈ ਸੋ ਕੁਇਕ ਪ੍ਰੋਸੈਸ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚ ਨਹੀਂ ਹੁੰਦਾ ਉਹ ਕੋਈ ਵੀ ਕੰਟਰੀ ਹੋਵੇ ਭਾਵੇਂ ਤੁਹਾਡਾ ਬੈਕ ਹੋਮ ਹੋਵੇ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਛੱਡ ਕੇ ਆਏ ਹੋ ਉੱਥੇ ਵੀ ਕੋਈ ਚੀਜ਼ੀ ਨਹੀਂ ਹੈ ਤੇ ਇੱਥੇ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਕੋਈ ਚੀਜ਼ੀ ਨਹੀਂ ਹੈਗਾ ਸੈਕਿੰਡ ਪੁਆਇੰਟਰ ਕਿ ਕੰਮ ਨਾ ਮਿਲਣ ਦਾ ਕਾਰਨ ਰਸਤਾ ਜ਼ਰੂਰ ਹੈ ਪਰ ਇਹਦੇ ਨਾਲ ਇਹ ਵੀ ਹੈ ਕਿ ਪਹਿਲਾਂ ਬਹੁਤ ਸਾਰੇ ਵੇਅਰ ਹਾਊਸਸ ਹੁੰਦੇ ਸੀ ਬਹੁਤ ਇਸ ਤਰ੍ਹਾਂ ਦੇ ਕੰਮ ਹੁੰਦੇ ਸੀਗੇ ਜਿਹੜੇ ਕਿ ਡੇਲੀ ਬੇਸਿਸ ਦੇ ਉੱਤੇ ਬੱਚਿਆਂ ਨੂੰ ਵਰਕਰਸ ਨੂੰ ਜਾਂ ਜਿਹੜੇ ਪੀਆਰ ਤੇ ਆਉਂਦੇ ਉਹਨਾਂ ਨੂੰ ਮਿਲਦੇ ਸੀ ਪਰ ਹੁਣ ਉਹ ਕੰਮ ਬਹੁਤ ਕਟ ਗਏ ਐ ਬਟ ਸਟਿਲ ਹਲੇ ਸਕਿਲਡ ਜੌਬਸ ਜਿਹੜੀਆਂ ਐ ਉਹਦੇ ਵਿੱਚ ਰਿਕੁਆਇਰਮੈਂਟ ਹੁੰਦੀ ਐ ਸੋ ਉਹਦੇ ਲਈ ਵੀ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਇੱਕ ਸਿੰਪਲ ਰੈਜ਼ਿਊਮ ਬਣਾ ਕੇ ਤੁਸੀਂ ਪਾਤਾ ਤਾਂ ਤੁਹਾਨੂੰ ਉਹਨਾਂ ਦੀ ਕਾਲ ਆ ਜਾਣੀ ਐ ਤੁਹਾਨੂੰ ਉਹਦੇ ਤੇ ਟ੍ਰਾਈ ਥੋੜਾ ਜ਼ਿਆਦਾ ਕਰਨਾ ਪੈਂਦਾ ਤੁਹਾਨੂੰ ਕੀ ਪੁਆਇੰਟਸ ਦੇਖਣੇ ਪੈਂਦੇ ਤੁਹਾਨੂੰ ਆਪਣੇ ਤੇ ਕੰਮ ਕਰਨਾ ਪਏਗਾ ਆਈ نو ਕਿ ਕਹਿਣਾ ਬਹੁਤ ਸੌਖਾ ਐ ਕਰਨਾ ਬਹੁਤ ਜ਼ਿਆਦਾ ਔਖਾ ਐ ਬਟ ਆਪਣੇ ਇੱਕ ਫੀਲਡ ਚੂਜ਼ ਕਰਕੇ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰੋ ਸਕਿਲਡ ਕੋਈ ਇਸ ਤਰ੍ਹਾਂ ਦੀ ਸਿੱਖੋ ਕੋਈ ਇਸ ਤਰ੍ਹਾਂ ਦੀ ਸਕਿੱਲ ਸਿੱਖੋ ਜਿਹੜੀ ਤੁਹਾਡੇ ਬਿਜ਼ਨਸ ਦੇ ਵਿੱਚ ਵੀ ਅੱਗੇ ਜਾ ਕੇ ਕੰਮ ਆਏ ਜੇ ਤੁਸੀਂ ਕਰਨਾ ਹੈ ਤੇ ਤੁਹਾਡੀ ਪਰਸਨੈਲਿਟੀ ਦੇ ਵਿੱਚ ਵੀ ਓਵਰਆਲ ਉਹ ਕੋਈ ਇੰਪੈਕਟ ਪਾਏ ਸੋ ਕਹਿਣ ਦਾ ਭਾਵ ਕਿ ਜਦੋਂ ਤੁਸੀਂ ਕਿਸੇ ਇੱਕ ਚੀਜ਼ ਵੱਲ ਡੈਡੀਕੇਟਿਡਲੀ ਲੱਗਦੇ ਹੋ ਉਹਦੇ 'ਚ ਟਾਈਮ ਲੱਗਦਾ ਹੈ ਉਹਦੇ ਪਿੱਛੇ ਪਾਓ ਉਹਨੂੰ ਸਿੱਖੋ ਉਹਦੇ ਬਾਰੇ ਜਾਨੋ ਐਕਸਪਰਟਸ ਨਾਲ ਗੱਲ ਕਰੋ ਬਹੁਤ ਜਲਦੀ ਕਿਸੇ ਤੇ ਭਰੋਸਾ ਨਾ ਕਰੋ ਪਰ ਹਰ ਇੱਕ ਦੇ opinion ਲੈ ਕੇ ਆਪਣੇ ਲਈ ਜਜ ਕਰੋ ਕਿ ਕਿਹੜੀ ਫੀਲਡ ਤੁਹਾਡੇ ਲਈ ਹੈ ਤੇ ਨਾਲ ਹੀ ਜੇ Ontario ਦੇ ਵਿੱਚ ਵੀ ਤੁਸੀਂ ਆਉਂਦੇ ਹੋ ਜਾਂ Ontario ਤੋਂ ਬਾਹਰ ਵੀ ਕਿਤੇ ਤੋਂ ਉੱਥੇ ਦੇਖੋ ਕਿ ਕਿਸ ਚੀਜ਼ ਦੀ ਕਿਸ ਇਸ ਤਰ੍ਹਾਂ ਦੀ ਜੌਬ ਦੀ ਰਿਕੁਆਇਰਮੈਂਟ ਹੈ ਜਿਹੜੀ ਹਾਲੇ ਵੀ ਇਨ ਡਿਮਾਂਡ ਹੈ ਉਸ ਦੇ ਵਿੱਚ PR ਚ ਵੀ ਇਸ ਆਸਾਨੀ ਹੁੰਦੀ ਹੈ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਪੜਨ ਤੋਂ ਬਾਅਦ ਵਰਕ ਪਰਮਿਟ ਜਦੋਂ ਮਿਲਦਾ ਹੈ ਉਦੋਂ ਅਸੀਂ ਪਲਾਨਿੰਗ ਸ਼ੁਰੂ ਕਰਦੇ ਹਾਂ ਜੋ ਕਿ ਪੀਆਰ ਦੇ ਲਈ ਬਹੁਤ ਲੇਟ ਹੋ ਚੁੱਕਿਆ ਹੁੰਦਾ ਹੈ ਪਲਾਨਿੰਗ ਸ਼ੁਰੂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਪੜ ਰਹੇ ਹੋ ਜਦੋਂ ਤੁਹਾਡੇ ਕੋਲ ਟਾਈਮ ਹੈ ਟਰਾਈ ਕਰੋ ਕਿ ਤੁਸੀਂ ਕਿਸੇ ਨਾ ਕਿਸੇ ਚੀਜ਼ ਦੇ ਬਾਰੇ ਸਰਚ ਕਰਨਾ ਸ਼ੁਰੂ ਕਰੋ ਕਿ ਕਿਸ ਚੀਜ਼ 'ਚ ਤੁਸੀਂ ਆਪਣੇ ਪੈਰ ਜਮਾਣੇ ਆ ਬਿਲਕੁਲ ਇੰਡਸਟਰੀ ਰਾਈਜ਼ ਹੋ ਰਹੀ ਹੈ ਹੌਲੀ ਹੌਲੀ ਮਾਰਕੀਟ ਆ ਪਾਰ ਰਹੀ ਹੈ ਸੋਨ ਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ মিডিਆ ਵਿੱਚ ਹੋਣ ਕਰਕੇ ਕੁਝ ਐਕਸਪਰਟਸ ਦੇ ਨਾਲ ਮੇਰੀ ਗੱਲਬਾਤ ਵੀ ਹੁੰਦੀ ਹੈ ਸੋ ਉਹਨਾਂ ਤੋਂ ਕੁਝ ਇਸ ਗੱਲ ਦਾ ਅੰਦਾਜ਼ਾ ਜ਼ਰੂਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਵਧੀਆ ਹੋਏਗਾ ਪਰ ਥੋੜਾ ਟਾਈਮ ਲੱਗੇਗਾ ਸੋ ਹੁਣ ਗੱਲ ਕਰਦੇ ਆ ਇਸ ਪੁਆਇੰਟ ਦੀ ਕਿ ਕੀ ਹੁਣ ਲੋਕਾਂ ਨੂੰ ਲੱਗਦਾ ਕਿ ਬਿਲਕੁਲ ਹੀ ਇੱਥੇ ਸਕੋਪ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਹੁੰਦਾ ਕੈਨੇਡਾ ਦੇ ਪ੍ਰਤੀ ਜਿਸ ਤਰ੍ਹਾਂ ਦਾ ਇੱਕ ਪਹਿਲਾ ਐਕਸਾਈਟਮੈਂਟ ਇੱਕ ਇਸ ਤਰ੍ਹਾਂ ਦੀ ਚੀਜ਼ ਸੋਸ਼ਲ ਮੀਡੀਆ ਤੋਂ ਵਾਇਰਲ ਹੋਈ ਕਿ ਸਭ ਕੁਝ ਕੈਨੇਡਾ ਜੀ ਹੈ ਤੇ ਸਭ ਕੁਝ ਕੈਨੇਡਾ ਦੇ ਵਿੱਚ ਬੜਾ ਸੌਖਾ ਹੈ ਇਹ ਨੂੰ ਇਨਡੋਰਸ ਗਲਤ तरीके ਨਾਲ ਕੀਤਾ ਗਿਆ ਹੈ ਸੋ ਹੌਲੀ ਹੌਲੀ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਹੁਣ ਕੈਨੇਡਾ ਦੀਆਂ ਬੁਰਾਈਆਂ ਸਾਹਮਣੇ ਆਉਣ ਲੱਗ ਗਈਆਂ ਉਹ ਸਿਰਫ ਕੈਨੇਡਾ ਦੀ ਨਹੀਂ ਹਰ ਬਾਹਰਲੇ ਅਬਰਾਡ ਦੀ ਮੁਲਕ ਦੀ ਪ੍ਰੋਬਲਮਸ ਹੁੰਦੀਆਂ ਸੋ ਉਹ ਹੁਣ ਜ਼ਿਆਦਾ ਖੁੱਲ ਕੇ ਸਾਹਮਣੇ ਆ ਗਈਆਂ ਇਸ ਕਰਕੇ ਲੋਕ ਥੋੜੇ ਡਿਪਰੈਸ ਨੇ ਇਸੇ ਕਰਕੇ ਐਕਸਪੋਜ਼ਰ ਹੁਣ ਇੰਨਾ ਜ਼ਿਆਦਾ ਹੋ ਗਿਆ ਤਾਂ ਇਹ ਲੱਗਦਾ ਕਿ ਕੈਨੇਡਾ ਚ ਸਕੋਪ ਨਹੀਂ ਹੈ ਸਕੋਪ ਹਰ ਜਗ੍ਹਾ ਤੇ ਬਣਾਉਣਾ ਪੈਂਦਾ ਆਪਣੀ ਕਿਸਮਤ ਨੂੰ ਅਜ਼ਮਾਉਣਾ ਪੈਂਦਾ ਹੈ ਟਰਾਈ ਕਰਨਾ ਪੈਂਦਾ ਹੈ ਫੇਰ ਉਸ ਤੋਂ ਬਾਅਦ ਡਿਸਾਈਡ ਕਰਨਾ ਪੈਂਦਾ ਹੈ ਕਿ ਕੀ ਤੁਹਾਡੇ ਲਈ ਸਹੀ ਹੈ ਕੀ ਗਲਤ ਹੈ so i tried making a video uh, general information ਤੇ ਹੋ ਸਕਦਾ ਹੈ ਕਈ ਦੇਖਣ ਵਾਲੇ ਨੂੰ ਸੁਣਨ ਵਾਲਿਆਂ ਨੂੰ ਲੱਗ ਰਿਹਾ ਹੋਵੇ ਕਿ ਇੱਕ ਸਿਰਫ ਫਿਲਾਸਫੀ ਹੈ ਫਿਲਾਸਫੀ ਨਹੀਂ ਇੱਕ ਮੇਰੇ ਆਪਣੇ ਐਕਸਪੀਰੀਅੰਸ ਤੋਂ ਤੇ ਲੋਕਾਂ ਦੇ ਹਾਲਾਤ ਦੇਖਣ ਤੋਂ ਬਾਅਦ ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਆਈ ਥੋਟ ਕਿ ਆਪਣੇ ਚੈਨਲ ਦੇ ਉੱਤੇ ਇੱਕ ਇਸ ਤਰ੍ਹਾਂ ਦੀ ਨਾਰਮਲ ਵੀਡੀਓ ਜ਼ਰੂਰ ਪਾਵਾਂ ਜਿਹਦੇ ਵਿੱਚ ਆਮ ਗੱਲਬਾਤ ਹੋਏ ਕਿ ਸਮਝਣ ਵਾਲੇ ਇਨਸਾਨ ਨੂੰ ਇਹ ਸਮਝ ਆਏ ਕਿ ਪੇਸ਼ੈਂਸ ਦੇ ਨਾਲ ਤੁਸੀਂ ਹਰ ਚੀਜ਼ ਨੂੰ ਪਾਰ ਕਰ ਸਕਦੇ ਹੋ ਅਗੇਨ ਮੇਰੀ ਵੀਡੀਓ ਨੂੰ ਵੀ ਮੇਰੀ ਗੱਲ ਨੂੰ ਵੀ ਰੈਫਰੈਂਸ ਨਾ ਲੈਣਾ ਬੈਠ ਕੇ ਇੱਕ ਵਾਰ ਪੁਆਇੰਟਰਸ ਨੂੰ ਸੋਚਣਾ ਸਹੀ ਗਲਤ ਦੀ ਪਛਾਣ ਕਰਨਾ ਐਂਡ ਕੀਪ ਵਾਚਿੰਗ ਮਾਈ ਚੈਨਲ ਆਈ ਹੋਪ ਕਿ ਮੈਂ ਬੈਕਗਰਾਉਂਡ ਦੇ ਵਿੱਚ ਵੀ ਕੁਝ ਇਨਫੋਰਮੇਸ਼ਨ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦਿੰਦੀ ਰਵਾਂ ਤੇ ਕਿਹੜੇ ਹੋਰ ਵਧੀਆ ਸਕੋਪ ਨੇ ਇੱਥੇ ਕੈਨੇਡਾ ਦੇ ਵਿੱਚ ਉਹਦੇ ਬਾਰੇ ਵੀ ਗੱਲ ਕਰਦੇ ਰਵਾਂਗੇ ਥੈਂਕ ਯੂ ਸੋ ਮੱਚ ਫॉर ਵਾਚਿੰਗ ਡੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ